ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ ਫਿਰ ਕੀ ਹੋਏਗਾ ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ ਫਿਰ ਹਾਮੀ ਸਾਡੇ ਆਵਲਾ ਦੇ ਲਾਲ ਹੋਣਗੇ ਜਦੋਂ ਦਿਲ ਹਸ਼ਰ ਦੇ ਸਵਾਲ ਹੋਣਗੇ ਜਦੋਂ ਦਿਲ ਹਸ਼ਰ ਦੇ ਸਵਾਲ ਹੋਣਗੇ ਆਪੇ ਸਾਡੇ ਆਮਲਾ ਦੇ ਲਾਲ ਹੋਣਗੇ ਆਪੇ ਸਾਡੇ ਆਮਲਾ ਦੇ ਲਾਲ ਹੋਣਗੇ ਆਪੇ ਸਾਡੇ ਆਮਲਾ ਦੇ ਲਾਲ ਹੋਣਗੇ ਜਦੋਂ ਦਿਲ ਹਸ਼ਰ ਦੇ ਸਵਾਲ ਹੋਣਗੇ ਆਪੇ ਸਾਡੇ ਆਮਲਾ ਦੇ ਲਾਲ ਬੁਲੰਦ ਕਰਕੇ ਬੋਲੋ ਆਮਲਾ ਦੇ ਸੈਯਦ ਆਮਲਾ ਦੇ ਤੇ ਲੋਕੀ ਕਹਿੰਦੇ ਨੇ ਕਿ ਸੁੰਦੀ ਹਰ ਵੇਲੇ ਸਰਕਾਰ ਤੇ ਦਰੂਦ ਹੀ ਪੜਦੇ ਕਹਿੰਦੇ ਤੁਸੀਂ ਨਾ ਬੋਲੋ ਮੇਰੇ ਕੋਲ ਮਟੀਰੀਅਲ ਹੈ ਅਲਹਮਦੁਲਿਲਾ ਤੁਸੀਂ ਬੋਲੋਗੇ ਬਹੁਤ ਵੱਡੀ ਗੱਲ ਕਰਨ ਲੱਗਾ ਕਿ ਹਰ ਵੇਲੇ ਸੁੱਤਿਆਂ ਜਾਗਦਿਆਂ ਉੱਠਦਿਆਂ ਬਹਿੰਦਿਆਂ ਹਰ ਵੇਲੇ ਸਰਕਾਰ ਤੇ ਦਰੂਦ ਪੜਦੇ ਨੇ ਇਹਦਾ ਅਜਰ ਕੀ ਹੈ ਹੋ ਜਿਹੜੇ ਜਿਸ ਵੇਲੇ ਜਨਤਾ ਦੇ ਵਿੱਚ ਸਰਕਾਰੇ ਦੋ ਆਲਮ ਦੀ ਸਵਾਰੀ ਆਏਗੀ ਤੇ ਸਰਕਾਰ ਦੀ ਸਵਾਰੀ ਦੀ ਮੁਹਾਰ ਵੀ ਕਿਸੇ ਨੇ ਫੜੀ ਹੋਏਗੀ ਬੜੀ ਵੱਡੀ ਗੱਲ ਹੈ ਸਰਕਾਰ ਦੀ ਸਵਾਰੀ ਦੀ ਮੁਹਾਰ ਵੀ ਕਿਸੇ ਨੇ ਫੜੀ ਹੋਏਗੀ ਉਹ ਕਿਹਨੇ ਫੜੀ ਹੋਏਗੀ ਸੁਭਾਨ ਅੱਲਾਹ ਕਹੋ ਤੇ ਮੈਂ ਤੁਹਾਨੂੰ ਦੱਸਾਂ ਜਦੋਂ ਆਏ ਹੈਦਰ ਕਰਾਰ ਵੇਖਣਾ ਜਦੋਂ ਆਏ ਹੈਦਰ ਕਰਾਰ ਵੇਖਣਾ ਜਦੋਂ ਆਏ ਹੈਦਰ ਕਰਾਰ ਵੇਖਣਾ ਲੋਕੋ ਸੁਣ ਲੋ ਜਦੋਂ ਆਏ ਹੈਦਰ ਕਰਾਰ ਵੇਖਣਾ ਫਿਰ ਪਿੱਛੇ ਪਿੱਛੇ ਗੋਸ ਦੇ ਅਬਦਾਲ ਹੋਣਗੇ ਪਿੱਛੇ ਪਿੱਛੇ ਗੋਸ ਦੇ ਅਬਦਾਲ ਹੋਣਗੇ ਪਿੱਛੇ ਪਿੱਛੇ ਗੋਸ ਦੇ
ਜਿਹੜਾ ਕਹਿੰਦਾ ਹੈ ਨਾ ਕਿ ਮੇਰੀ ਕੰਡ ਤੇ ਮੇਰੇ ਸੈਯਦ ਦਾ ਹੱਥ ਹੈ, ਮੇਰੇ ਮੁਰਸ਼ਦ ਦਾ ਹੱਥ ਹੈ, ਹੱਥ ਬੁਲੰਦ ਕਰਕੇ ਬੋਲੋ ਸੁਭਾਨ ਅੱਲਾਹ। ਬੜੀ ਵੱਡੀ ਗੱਲ ਕਰਨ ਲੱਗਾ ਸਾਨੂੰ ਬਖਸ਼ਵਾਉਣ ਲਈ ਖੁਦਾ ਦੇ ਸਾਹਮਣੇ, ਸਾਨੂੰ ਬਖਸ਼ਵਾਉਣ ਲਈ ਖੁਦਾ ਦੇ ਸਾਹਮਣੇ, ਸਾਨੂੰ ਬਖਸ਼ਵਾਉਣ ਲਈ ਖੁਦਾ ਦੇ ਸਾਹਮਣੇ, ਸੈਯਦਾਂ ਦੇ ਨਿੱਕੇ ਨਿੱਕੇ ਬਾਲ ਹੋਣਗੇ, 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 ਅਸੀਂ ਸਾਡੇ ਆਮਨਾ ਦੇ ਲਾਲ ਹੋਣਗੇ, ਮੈਂ ਤੌਹੀਦ ਇਸ ਲਈ ਬਣਿਆ ਕਿ ਪੂਰੇ ਮਜਮੇ ਨੂੰ, ਇਕੱਲੇ ਇਕੱਲੇ ਬੱਚੇ ਨੂੰ ਵੀ ਤੇ ਵੱਡਿਆਂ ਨੂੰ ਵੀ ਮੇਰੀ ਗੱਲ ਦੀ ਸਮਝ ਆ। ਸ਼ੇਰ ਪੜੀ ਜਾਣਾ ਤੁਹਾਨੂੰ ਸਮਝ ਨਾ ਆਵੇ ਤਾਂ ਫਾਇਦਾ, ਅੱਲਾਹ ਦੀ ਰਹਿਮਤ ਨਈਅਰ ਬਾਈ ਕਿੱਧਰ ਵਸੇਗੀ। ਉਸੇ ਪਾਸੇ ਰਹਿਮਤ ਰਸੂਲ ਹੋਏਗੀ।